ਕਲਜੀਤ ਦੇ ਹਿੱਸ ਸੀ। ਅੱਜ ਸਮੇਂ ਕਲਜੀਤ ਆਪਣੀ ਟੀਮ ਦੀ ਤਰਫੋਂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਤੇ ਹਨ। ਇੱਕ ਪਾਸੇ ਪੰਪਾ ਨਾਲ ਯਾਦ ਨਾਲ ਪੂਰਾ ਨਾਲ ਕੁਲਵੀਰ ਸਿੰਘ ਮਾਲਾ, ਉਹ ਦੇਖਦੇ ਚੌਣਾਂ ਦੇ ਵਿੱਚੋਂ ਕੌਣ ਜੌਹਰ ਦੇ ਵਿੱਚ ਵੱਧ ਕੇ ਕੋਸ਼ਿਸ਼ ਕਰਦਾ, ਉਹ ਇਸ ਸਮੇਂ ਹੁੰਦੀ ਹੋਈ ਕੋਸ਼ਿਸ਼ ਹੈ। ਗਾਜਰਾਂ ਦੀ ਧਰਤੀ ਨਾਲੋਂ ਕਲਜੀਤ ਬਲਵੀਰ ਸਿੰਘ ਦੁੱਲੇ ਦੇ ਹਿੱਸੇ, ਇਸ ਨੌਜਵਾਨ ਤਾਵੀ ਦੇ ਹਿੱਸੇ। ਪਹਿਲੇ ਦੋ ਕਬੱਡੀ ਕੱਪਾਂ ਦੇ ਕਹਿੰਦੇ ਅੰਟਾਰੀਓ ਦੇ ਵਿੱਚ ਉੱਤਮ ਚੁਣੇ ਗਏ ਨੌਜਵਾਨ ਖਿਡਾਰੀ, ਆਈ ਸਮੇਂ ਪਈ ਹੋਈ ਕਬੱਡੀ ਆਈ ਸਮੇਂ ਇਸ ਨੌਜਵਾਨ ਦੀ। ਔਰ ਦੂਸਰੇ ਪਾਸੇ ਮੰਗਲ ਸਿੰਘ ਮੰਡੀ ਜਾਂ ਗੁਰਵੀਰ ਸਿੰਘ ਗੋਪੀ ਫਰੰਦੀਪੁਰ ਦੀ ਧਰਤੀ ਦਾ ਆਈ ਸਮੇਂ ਅੱਗੇ ਹੋ ਟੱਕਰ ਦੀ ਪੂਰੀ ਕੋਸ਼ਿਸ਼ ਕਰੇਗਾ ਇਸ ਖਿਡਾਰੀ ਨੂੰ। ਔਰ 30 ਸੈਕਿੰਡ ਦਾ ਸਮਾਂ, ਮੁੰਡਾ ਹੱਥੋਂ ਨਿਕਲਦਾ ਹੋਇਆ ਸਫਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ। ਉਹ ਇਸ ਸਮੇਂ ਗੁਰਵੀਰ ਸਿੰਘ ਗੋਪੀ ਕੋਸ਼ਿਸ਼ ਪਰੇ ਦੇਖਦੇ ਵੀ ਸਫਲਤਾ ਜਿਹੜੀ ਸਾਡੀ ਤੇ ਵੀ ਕੁਲਜੀਤ ਮੱਲੀ ਮੱਲੀ ਮਨਜੀਤ ਸਿੰਘ ਮੱਲੀ ਸਾਡਾ ਵੀਰ ਸਤਿਕਾਰਯੋਗ ਵੀਰ ਹੈ। ਉਹ ਇੱਧਰ ਦੇਖਦੇ ਵੀ ਚਾਦ ਮਿੰਦਰ ਸਿੰਘ ਚਾਦ ਕੋਟਲੀ ਗਾਜਰਾਂ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ ਲਾਉ। ਅੱਜ ਸਮੇਂ ਵੈਨ ਵੀ ਬਣੀ ਪਾਸ ਨੌਜਵਾਨ ਕਬੱਡੀ ਅੱਜ ਸਮੇਂ ਖੇਡਦੀ ਇਸ ਮੈਦਾਨ ਦੇ ਵਿੱਚ ਵਰਿੰਦਰ ਸਿੰਘ ਮਲੀ ਦੀ ਪਈ ਹੋਈ ਕਬੱਡੀ ਨਾਲ ਆਪਾਂ ਫਿਰ ਜੁੜਦੇ। ਲਖਵੀਰ ਸਿੰਘ ਜੀ ਔਜਲਾ ਸਾਹਿਬ ਦੇਖਦੇ ਖੁਸ਼ ਨੇ ਵੀ ਅੱਜ ਖੇਡ ਮੁਕਾਬਲੇ ਬਿਹਤਰੀਨ ਚੱਲ ਰਹੇ ਨੇ, ਸਾਡੇ ਪਾਤਸ਼ਾਹ ਨੇ ਮੌਸਮ ਦੀ ਵੀ ਮਿਹਰ ਕਰ ਦਿੱਤੀ ਹੈ। ਸ਼ਖਸੀਅਤ ਨੇ ਸਿਆਸਤ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਕਿਹਾ ਮੁੱਪਾ ਜੀ, ਕੱਲ ਵੀ ਸਾਰਾ ਦਿਨ ਕੁਲਜੀਤ ਦੀਆਂ ਤਿੰਨ ਕਬੱਡੀਆਂ ਤੇ $300 ਰਵਾਨਾ। ਪੰਜਾਬੀ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਦੇ ਸਾਰੇ ਆਰਗਨਾਈਜ਼ਰ ਵੀਰਾਂ ਵੱਲੋਂ ਕੁਲਜੀਤ ਦੀਆਂ ਤਿੰਨ ਕਬੱਡੀਆਂ ਤੇ $300 ਹੋਵੇਗਾ। ਉਹ ਦੇਖਦੇ ਵੀ ਇਸ ਸਮੇਂ ਖੁਸ਼ਦੀਪ ਸਿੰਘ, ਦੂਸਰੇ ਪਾਸੇ ਨਵੇਂ ਪਿੰਡ ਦੀ ਧਰਤੀ ਦਾ ਕਮਲਜੀਤ ਸਿੰਘ ਕਮਲ ਆਈ ਸਮੇਂ, ਇੱਕ ਪਾਸੇ ਖੁਸ਼ਦੀਪ ਇੱਕ ਪਾਸੇ ਕਮਲਜੀਤ ਸਿੰਘ ਇੱਕ ਪਾਸੇ ਖੁਸ਼ਦੀਪ ਆਈ ਸਮੇਂ ਇਸ ਮੈਦਾਨ ਦੇ ਵਿੱਚ ਜਦੋਂ ਕਰਦਾ ਸਫਲਤਾ।
ਬਲਵੀਰ ਸਿੰਘ ਅੱਗੇ ਦੇ ਨੈਸ਼ਨਲ ਕਬੱਡੀ ਫੈਡਰੇਸ਼ਨ ਪੀਸੀ ਦੇ ਰਹਿਨਮਾਈ ਦੇ ਹੇਠ ਅੱਜ ਖੇਡ ਮੁਕਾਬਲੇ ਵਧੀਆ ਆਰਗਨਾਈਜ਼ਰ ਢੰਗ ਦੇ ਨਾਲ ਉਹ ਬਲਵੀਰ ਸਿੰਘ ਵਾਲਾ ਕਬੱਡੀ ਦਾ ਕੋਚ ਹੋਇਆ ਇਸ ਵੇਲੇ ਕੋਚ ਨਹੀਂ ਕਰਦਾ ਖੁਸ਼ਦੀਪ ਸਿੰਘ।
ਕੋਸ਼ਿਸ਼ ਕਰਦਾ ਹੋਇਆ। ਦੂਸਰੇ ਪਾਸੇ ਕਮਲਜੀਤ ਸਿੰਘ ਕਮਲ ਆਈ ਸਮੇ ਗੁਰਜੀਤ ਮਾਂਗਣ ਹੋਣਾ ਦੀ ਟੀਮ ਦਾ ਖਿਡਾਰੀ ਖੁਸ਼ੀ ਕੋਸ਼ਿਸ਼ ਕਰਦਾ ਲਓ ਪੁਆਇੰਟ ਕੋਮਨ ਹੈ ਪੁਆਇੰਟ ਕੋਮਨ ਹੈ ਕੇਵਲ ਵਧਦਾ ਜਾ ਰਿਹਾ। ਆਹ ਦੇਖ ਰਹੇ ਵੀ ਗੱਗੇ ਦੀ ਪੈਸੇ ਹੀ ਕਬੱਡੀ ਦੇ ਉੱਪਰ ਕੌਣ ਕੋਸ਼ਿਸ਼ ਕਰੂ ਕੌਣ ਕੋਸ਼ਿਸ਼ ਕਰੂ। ਆਹ ਦੂਸਰੇ ਪਾਸੇ ਦੇਖਦੇ ਵੀ ਇਸ ਸਮੇਂ ਯਾਦਵਿੰਦਰ ਸਿੰਘ ਜਾਨ ਕੋਟਲੀ ਗਾਜਰਾਂ ਦੀ ਧਰਤੀ ਦਾ ਹੋਈ ਕੋਸ਼ਿਸ਼ ਕਰਦਾ ਆਹ ਇਸ ਸਮੇਂ ਆਹ ਜਿੰਨਾ ਚਾਹੁੰਦੇ ਇਸ ਖਿਡਾਰੀ ਨੇ ਅਗਮਦੀਪ ਸਿੰਘ ਗੱਗੀ ਇੱਕ ਪਾਸੇ ਯਾਦਵਿੰਦਰ ਸਿੰਘ ਦੂਸਰੇ ਪਾਸੇ ਗੱਗੀ ਫਿਰ ਸਾਹਮਣੇ ਆ ਫਿਰ ਸਾਹਮਣੇ ਆ ਫਿਰ ਸਾਹਮਣੇ ਇਸ ਸਮੇਂ ਵੀ ਸਰਵਾਈ ਹੋਈ ਸਫਲਤਾ ਜਿਹੜੀ ਯਾਦਵਿੰਦਰ ਦੇ ਹਿੱਸੇ ਫਿਰ $50 ਮੰਗੀ ਦੇ ਹਰ ਗ੍ਰਿਫਟ ਦੇ ਪੰਜਾਬੀਆਂ ਦੰਦ ਦੇ ਪ੍ਰਵਾਨ ਦਿੱਤੇ ਜਾ ਰਹੇ ਨੇ। ਆਹ ਇਹਨੇ ਪੈਸੇ ਕਬੱਡੀ ਚਾਹੇ ਇੰਟਰਨੈਸ਼ਨਲ ਦਾ ਕਬੱਡੀ ਖੇਡ ਮੇਲਾ ਹੋਵੇ ਚਾਹੇ ਟੈਕਸੀ ਦੇ ਮੇਲੇ ਦੀ ਗੱਲ ਚਾਹੇ ਮੈਟਰੋ ਦੇ ਚਾਹੇ ਚੱਕ ਦੇ ਹਰ ਖੇਡ ਮੇਲੇ ਦੇ ਕਹਿੰਦੇ ਆਖਰੀ ਕਬੱਡੀ ਦੇ ਜਿੱਤ ਹਾਰ ਹੋਈ ਪਰ ਅੱਜ ਦੇਖਦੇ ਵੀ ਮੰਗਲ ਸਿੰਘ ਮੰਗੀ ਕੋਸ਼ਿਸ਼ ਕਰਦਾ ਲਓ ਸਫਲਤਾ ਜਿਹੜੀ ਹੈ ਕੁਲਜੀਤ ਤੇਰੀ ਤੀਸਰੀ ਕੁਲਜੀਤਾ ਮਲਸੇ ਦੀ ਮਤਲਬ ਤੀਸਰੀ ਕਬੱਡੀ ਤੇ $300 ਹੁਣ ਦੇਖਦੇ ਵੀ ਇਹ ਸਫਲਤਾ ਕੁਲਜੀਤ ਦੇ ਹਿੱਸੇ ਜਾਂ ਫਿਰ ਦੇਖਦੇ ਵੀ ਪੂਰਾ ਕੋਸ਼ਿਸ਼ ਕਰੂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੋਮੇ ਫਰੀਗੜ੍ਹ ਦੀ ਯਾਦ ਨੂੰ ਸਮਰਪਿਤ ਸੋ ਪੈਸੇ ਕਬੱਡੀ ਆਈ ਸਮੇ ਤਜਿੰਦਰ ਸਿੰਘ ਪੁਰੀ ਦੀ ਇੱਕ ਪਾਸੇ ਖੁਸ਼ਦੀਪ ਸਿੰਘ ਸੁੱਕੇ ਪਿੰਡ ਦੀ ਧਰਤੀ ਦੇ ਕੀ ਪ੍ਰਵਾਸ ਦਾ ਰੋਜ਼ ਖਿਡਾਰੀ ਸੋ ਮੈਚ ਆਪਣੀ ਜਿੱਤਦੇ ਓਏ ਸਾਡੀ ਉੱਠੇ ਸੋ ਅਰਸ਼ੀ ਪ੍ਰੀਤਮ ਦੀ ਪੈਸੇ ਕਬੱਡੀ ਕੱਲ ਕਹਿੰਦੇ ਲਾਇਨਸ ਨੇ ਵੀ ਤਕੜੀ ਖੇਡ ਖੇਡੀ ਸੋ ਪੈਸੇ ਕਬੱਡੀ ਆਈ ਸਮੇ ਅਰਸ਼ੀ ਪ੍ਰੀਤਮ ਦੀ ਤੇ ਸਫਲਤਾ ਜਿਹੜੀ ਅਰਸ਼ੀ ਪ੍ਰੀਤਮ ਦੇ ਹਿੱਸੇ ਹੈ ਜਫਾ ਲਾ ਕੇ ਆਪਣੀ ਟੀਮ ਨੂੰ ਅੱਧੇ ਅਕਲੇ ਉੱਪਰ ਜਿੱਤ ਦਵਾਈ ਉਸ ਖੇਡ ਮੇਲੇ ਦੇ ਵਿੱਚ ਉਹ ਇੱਕ ਪਾਸੇ ਸੰਦੀਪ ਇੱਕ ਪਾਸੇ ਮੰਗਤ ਸਿੰਘ ਮੰਗੀ ਕੋਸ਼ਿਸ਼ ਕਰਦਾ ਪਰ ਸਫਲਤਾ ਜਿਹੜੀ ਉਸੇ ਦਿਨ ਕਹਿੰਦੇ ਸੌਕਰ ਦੇ ਵਿੱਚ ਵੀ ਯੂਐਸ ਦੇ ਪੁਰਤਗਾਲ ਦੇ ਮੈਚ ਖੇਡਿਆ ਗਿਆ ਆਖਰੀ 30 ਸੈਕਿੰਡ ਦੇ ਵਿੱਚ ਪੁਰਤਗਾਲ ਦੀ ਟੀਮ ਨੇ ਗੋਲ ਕਰਕੇ ਮੈਚ ਟਾਈ ਕੀਤਾ ਤੇ ਇਹਨਾਂ ਦੇਖਦੇ ਵੀ ਮੰਗਤ ਸਿੰਘ ਬੋਲਿਆ ਬੋਲਿਆ ਖਿਡਾਰੀ ਦੇ ਬਜਾਰੇ ਸ਼ਹਿਰ ਵੀ ਫਸਟ ਜਲਦੀ ਨਾਲ ਮੈਦਾਨ ਦੇ ਵਿੱਚ ਇਸ ਸਮੇਂ ਪੈਸੇ ਕਬੱਡੀ ਇਹ ਮਾਣ ਜਾਂਦਾ ਟੀਮ ਉੱਪਰ ਜਿਆਂ ਨੂੰ ਜਿਹੜੇ ਤੁਸੀਂ ਅੱਜ ਮੁਕਾਬਲੇ ਦੇਖ ਰਹੇ ਹੋ ਇਹ ਮਾਣ ਜਾਂਦਾ ਟੀਮ ਉੱਪਰ ਜਿਆਂ ਨੂੰ ਵੀਰ ਪੰਜਾਬੀ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਦੇ ਲੋ ਪੈਸੇ ਕਬੱਡੀ ਅਰਸ਼ੀ ਪ੍ਰੀਤਮ ਦੀ ਇਸ ਮੈਦਾਨ ਦੇ ਵਿੱਚ
ਦੌਲੇ ਦੇ ਤਵੀਤੀ ਇਸ ਨੌਜਵਾਨ ਖਿਡਾਰੀ ਦੇ ਯੂਐਸਏ ਦੇ ਵਿੱਚ ਪੱਕੇ ਰਹਿਣ ਬਸੇਰੇ ਜਿਹੜਾ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਬਲਾਉਣ ਕਰਦਾ ਦੇਖਣ ਦੇ ਲਈ ਲਓ ਪਹਿਲੀ ਕਬੱਡੀ ਗਗਨਦੀਪ ਸਿੰਘ ਗੱਗੇ ਦੀ ਖੇਡਦੇ ਇਸ ਮੈਦਾਨ ਦੇ ਵਿੱਚ ਲਓ ਦੇਖਦੇ ਵੀ ਕੌਣ ਕੋਸ਼ਿਸ਼ ਕਰਦਾ ਕੌਣ ਕੋਸ਼ਿਸ਼ ਕਰਦਾ ਯਾਦਵਿੰਦਰ ਸਿੰਘ ਫਿਰ ਕੋਸ਼ਿਸ਼ ਕਰਦਾ ਹੁਣ ਦੇਖਦੇ ਪੈਰ ਉਖੜੇ ਸੋਹਣ ਦਾ ਜਿਹੜੀ ਗੱਡੀ ਦੇ ਹਿੱਸੇ ਲਓ ਪਹਿਲੀ ਕਬੱਡੀ ਅੱਜ ਸਮੇਂ ਜਿਹੜੇ ਕਪੂਰਥਲੇ ਦੀ ਧਰਤੀ ਰਾਜੇ ਮਹਾਰਾਜਿਆਂ ਦੀ ਧਰਤੀ ਹੈ ਲਓ ਉਸੇ ਏਰੀਏ ਦਾ ਖਿਡਾਰੀ ਵੀਰਿੰਦਰ ਸਿੰਘ ਮਨੀ ਆਪਣੀ ਟੀਮ ਦੇ ਲਈ ਜਿੱਤਦੇ ਵੀ ਹਾਂ ਲਓ ਦਲਜੀਤ ਦੀ ਪਹਿਲੀ ਕਬੱਡੀ ਇਸ ਮੈਦਾਨ ਦੇ ਵਿੱਚ ਸਾਹਮਣੇ ਦੇਖਦੇ ਜੀਐਸਐਮ ਗਿੱਲ ਟਰੈਕਿੰਗ ਵਾਲੇ ਗੁਰਪ੍ਰੀਤ ਸਿੰਘ ਜੀ ਮਸੂਦੇ ਵਾਲੇ ਲਓ ਖੇਡ ਮੈਦਾਨ ਦੇ ਨਾਲ ਸੋਨੇ ਦੀ ਚੇਂਡੀਆਂ ਰੇੜੀਆਂ ਨੇ ਕਿਸ ਖਿਡਾਰੀ ਦੇ ਹਿੱਸੇ ਆਉਂਦੀ ਆ ਇਹ ਸਮਾਂ ਉਹ ਕਲਜੀਤ ਸਿੰਘ ਅੱਜ ਸਮੇਂ ਪਾਕ ਕਬੱਡੀ ਆਪਣੀ ਟੀਮ ਦੇ ਸਾਬਤ ਕੀਤਾ ਵੀ ਪਰ ਫਿਰ ਕੰਮ ਕੀਤਾ ਮਾਰਕੀਟ ਕਬੱਡੀ ਦੇ ਵਿੱਚ ਇਸ ਖਿਡਾਰੀ ਦੇ ਫਿਰ ਵਾਪਸੀ ਕੀਤੀ ਇਸ ਖਿਡਾਰੀ ਦੇ ਲਓ ਬਲਵੀਰ ਸਿੰਘ ਦੁੱਲੇ ਦੀ ਪਈ ਹੋਈ ਕਬੱਡੀ ਅੱਜ ਸਮੇਂ ਇਸ ਨੌਜਵਾਨ ਖਿਡਾਰੀ ਦੀ ਪਈ ਹੋਈ ਕਬੱਡੀ ਦੇ ਫਿਰ ਗੱਲ ਉਹ ਚਾਰ ਖਿਡਾਰੀਆਂ ਦੀ ਘੁੰਮਦੀ ਹੋਈ ਚੈਨ ਉੱਧਰ ਪੰਮਾ ਸ਼ੇਰਪੁਰ ਗਲੇ ਵਾਲਾ ਦੀ ਵੀ ਕਲਮ ਚੱਲਦੀ ਰਹੀ ਪੰਮੇ ਤੇਰੀਆਂ ਵੀ ਲੈਂਦਾ ਜ਼ਰੂਰ ਆਪਾਂ ਸਮੇਂ ਦੇ ਨਾਲ ਸਾਂਝੀਆਂ ਕਰਾਂਗੇ ਲਓ ਮੰਗਲ ਮੁਸਲਿਮ ਮੰਗੀ ਅੱਜ ਸਮੇਂ ਕਬੱਡੀ ਦੇ ਵਿੱਚ ਕੀ ਗਏ ਤਾਪੇ ਖੁਸ਼ੀ ਦੇ ਲਈ ਸਮਾਨ ਭੇਜਦਾ ਡਾਕਟਰ ਨੇ ਪਾਵਨ ਪਵਿੱਤਰ ਧਰਤੀ ਖੇਡ ਪ੍ਰਮੋਟਰਾਂ ਦੇ ਵਿੱਚ ਮੁੰਡਾ ਦਾ ਹੁਣ ਲੀਰਾਂ ਵਾਲਾ ਵੀ ਖੇਡ ਕਬੱਡੀ ਕਰਦੇ ਨਾਲ ਗਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਫਾਈਨਲ ਮੈਚ ਵੀ ਅਗਲਾ ਸਭ ਪੂਰਾ ਵਧੀਆ ਲੱਗੂ ਮੁਕਾਬਲੇ ਹੋਣਗੇ ਪਰ ਹੁਣ ਦੇਖਦੇ ਵੀ ਅਸੀਂ ਦੂਸਰੇ ਹਾਫ ਦੀ ਖੇਡ ਹੈ ਲਓ ਦੇਖ ਦੂਸਰੇ ਪਾਸੇ ਬਲਵੀਰ ਸਿੰਘ ਮਾਲਾ ਕਬੱਡੀ ਦਾ ਗੋਲ ਫਾਈਟਰ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੋਇਆ ਭਾਈ ਸਾਹਿਬ ਹੁੰਦੀ ਹੋਈ ਕੋਸ਼ਿਸ਼ ਦੋ ਸ਼ੇਰਾਂ ਦੇ ਵਿੱਚ ਟੱਕਰ ਜਿਹੜੀ ਬਰਾਬਰ ਦੀ ਲਓ ਇੱਕ ਪਾਸੇ ਲੰਬਾ ਤਜਰਬਾ ਇੱਕ ਪਾਸੇ ਚੜ੍ਹਦੀ ਬਰੇਸ ਦਾ ਖਿਡਾਰੀ ਪਰ ਸਫਲਤਾ ਜਿਹੜੀ ਦੇਖਦੇ ਥੋੜ੍ਹਾ ਦੀ ਟੀਮ ਦੇ ਹਿੱਸੇ ਸੋਹੀ ਸਾਡੀ ਟੀਮ ਦੇ ਹਿੱਸੇ ਸੋਡੀ ਖੜਾ ਦੀ ਟੀਮ ਦੇ ਹਿੱਸੇ ਹੈ ਲਓ ਬਲਰਾਜ ਸੰਘੇ ਹੋਣੀ ਰਣਜੀਤ ਸਿੰਘ ਤਾਰੀ ਮੌਜਰੀ ਹੋਣੀ ਲਓ ਪਈ ਹੋਈ ਕਬੱਡੀ ਅੱਜ ਸਮੇਂ ਖੇਡਦੇ ਇਸ ਮੈਦਾਨ ਦੇ ਵਿੱਚ ਕਿਉਂਕਿ ਮੈਂ ਪਹਿਲਾਂ ਵੀ ਆਖਿਆ ਵੀ ਕਿਸੇ ਸਮੇਂ ਵੀ ਮੈਚ ਦਾ ਜਿਹੜਾ
ਪਾਸਾ ਬਣ ਸਕਦਾ, ਕਿਸੇ ਸਮੇਂ ਵੀ ਰੁੱਖ ਜਿਹੜਾ ਲੈ ਜਾ ਬਣ ਸਕਦਾ। ਹਵਾ ਇਸ ਸਮੇਂ ਦੇਖਦੇ ਵੀ ਪਈ ਸੀ ਕਬੱਡੀ ਫਿਰ ਦੇ ਮੈਦਾਨ ਦੇ ਵਿੱਚ ਤੇ ਸਫਲਤਾ ਜੀ ਕਬੱਡੀ ਤਿੰਨ ਕਬੱਡੀਆਂ ਦੇ 300 ਅਲਵਾਡਾ ਪੰਜਾਬੀ ਸਪੋਰਟਸ ਐਗਰੀਕਲਚਰ ਐਸੋਸੀਏਸ਼ਨ ਆਖਦੀ ਵੀ ਦੁਨੀਆਂ ਦੀਆਂ ਤਿੰਨ ਕਬੱਡੀਆਂ 300 ਡਾਲਰ ਦੀਆਂ। ਹੁਣ ਦੇਖਾਂਗੇ ਵੀ ਜਿਸੇ ਕਬੱਡੀ ਰੂਸੀਆਂ ਵਾਲੇ ਨੇ ਰੂਸੀਆਂ ਵਾਲੇ ਦਾ ਵੀ ਖਿਡਾਰੀਆਂ ਦੇ ਵੱਖ ਵੱਖ ਟੀਮਾਂ ਦੇ ਵਿੱਚ ਸਫਲਤਾ ਜਿਹੜੀ ਕੰਜੀਤ ਦੇ ਹਿੱਸੇ ਵਿੱਚ ਇਹ ਜੋੜੀਆਂ ਮਸ਼ਹੂਰ ਰਹੀਆਂ ਖੇਡਦੇ ਇਸ ਮੈਦਾਨ ਦੇ ਵਿੱਚ। ਰੁਪਈ ਦੀ ਕਬੱਡੀ ਇਸ ਸਮੇਂ ਵੀਰਿੰਦਰ ਸਿੰਘ ਮਨੀ ਦੀ ਇਸ ਮੈਦਾਨ ਦੇ ਵਿੱਚ ਲਾਇਨਸ ਕਬੱਡੀ ਕਲੱਬ ਨੇ ਖੇਡਦਾ ਟਾਰੀਆਂ ਦੇ ਵਿੱਚ ਮਿੰਨੀ ਸਰਾਏ ਹੋਣਾ ਦੇ ਲਈ ਸਤਨਾਮ ਸਰਾਏ ਹੋਣਾ ਦੇ ਲਈ ਸ਼ੀਲੂ ਦੀ ਪਈ ਸੀ ਕਬੱਡੀ। ਚਾਰ ਖਿਡਾਰੀ ਇਸ ਸਮੇਂ ਖੇਡਦੇ ਇਸ ਮੈਦਾਨ ਦੇ ਵਿੱਚ ਮੈਰੀ ਅੱਗੇ ਸਾਂਝੇ ਕਰਦੀ ਜਿੰਦਰ ਸਿੰਘ ਲਾਈਵ ਦੇਖਦੇ ਇੱਧਰ ਬਲਵੀਰ ਸਿੰਘ ਮਾਲਾ ਇੱਕ ਪਾਸੇ ਸ਼ੀਲੂ ਇੱਕ ਪਾਸੇ ਬਲਵੀਰ ਨਹੀਂ ਆਪਾਂ ਦੁੱਲੇ ਦੇ ਲਈ 300 ਪੱਕਾ ਤੇ ਅਗਲੀ ਕਬੱਡੀ ਤੇ ਗੱਲ ਹੋਊ ਅਗਲੀ ਤੇ ਕਿਉਂਕਿ ਸਿੰਘ ਮੰਗੀ ਦੇ ਨਾਲ ਜਦੋਂ ਜਦ ਹੋਈ ਹੁਣ ਦੇਖਦੇ ਕਬੱਡੀ ਜਾ ਸਕਿਆ ਸ਼ਰਮਾ ਸਾਹਿਬ ਦੁੱਲਾ ਨਹੀਂ ਡੱਕਿਆ ਜਾ ਸਕਿਆ ਸਫਲਤਾ ਦਿੰਦੇ ਨੇ ਇੱਕੋ ਪਿੰਡ ਦੇ ਖਿਡਾਰੀ ਤਿੰਨ
ਕਬੱਡੀ ਆ ਤੇ ਕੋਸ਼ਿਸ਼ ਮਗਰ ਸਿੰਘ ਮੰਗੀ ਨੇ ਕੀਤੀ ਪਰ ਸਫਲਤਾ ਦੁੱਲੇ ਨੇ ਹਿੱਸੇ $300 ਦੁੱਲੇ ਦੇ ਲਈ। ਇੱਧਰ ਗਗਨਦੀਪ ਸਿੰਘ ਗੱਗੀ ਦੀ ਪਈ ਹੋਈ ਕਬੱਡੀ ਤੇ ਵੀਰ ਸਿੰਘ ਸਹੋਤਾ ਜੀ ਖੁਸ਼ ਨੇ। ਮੈਚ ਜੋ ਮਰਜ਼ੀ ਗੀਤ ਜਿੱਤੇ ਪਰ ਮੈਚ ਦੇ ਵਿੱਚ ਸਵਾਦ ਆਉਣ ਵਾਲੀ ਗੱਲ ਹੋ ਗਈ। ਮੈਚ ਜਿਹੜੀ ਮਰਜ਼ੀ ਟੀਮ ਜਿੱਤ ਜਾਵੇ ਪਰ ਮੈਚ ਅੰਮ੍ਰਿਤਸਰ ਟੌਪ ਦਾ ਇਸੇ ਅਮਰਵੀਰ ਸਿੰਘ ਦਾ ਵੀ ਸਾਡੀ ਟੀਮ ਧਾਰੀਵਾਲ ਸਾਹਿਬ ਅਖਲਾ ਪਿਆਰੀ ਦੇ ਕੋਲ ਬੈਠੇ ਇਸੇ ਪੂਰਾ ਟੋਏ ਦੀ ਧਰਤੀ ਦਾ ਗੱਲੇ ਨਾ ਖੇਡੀ ਜਾਂਦੀ ਹੈ।
ਚਿਹਰੇ ਤੇ ਲਾਉਣਗੇ ਖਿਡਾਰੀ ਨੇ। ਲਓ ਪਈ ਹੋਈ ਕਬੱਡੀ ਅੱਜ ਸਮੇਂ ਇਸ ਨੌਜਵਾਨ ਖਿਡਾਰੀ ਦੀ, ਪਈ ਹੋਈ ਕਬੱਡੀ ਅੱਜ ਸਮੇਂ ਇਸ ਨੌਜਵਾਨ ਧਾਵੀ ਦੀ। ਲਖੇ ਸਿੱਧਵਾਂ ਦੀ ਵੀ ਕਲਮ ਨਾਲ ਦੀ ਲੈਂਦੇ ਖਿਡਾਰੀਆਂ ਤੇ ਚੱਲੀ ਆ। ਲਓ ਯਾਰ ਰਵਿੰਦਰ ਸਿੰਘ ਯਾਰ ਕੋਟਲੀ ਗਾਜਰਾਂ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ, ਪੂਰੀ ਕੋਸ਼ਿਸ਼ ਕਰਦਾ। ਲਓ ਸਫਲਤਾ ਦੇਖਦੇ ਵੀ ਅੱਜ ਸਮੇਂ ਜਿਹੜੇ ਕਿਸ ਖਿਡਾਰੀ ਦੇ ਹਿੱਸੇ ਆਵੇਗੀ, ਕਿਸ ਖਿਡਾਰੀ ਦੇ ਹਿੱਸੇ ਆਵੇਗੀ। ਔਰ ਗੁਰਪ੍ਰੀਤ ਦੀ ਗੱਲ ਹੋਈ, ਅਮਰਵੀਰ ਦੀ ਗੱਲ ਹੋਈ, ਅੱਜ ਵੀ ਦੇਖਦੇ ਵੀ ਵਧੀਆ ਖੇਡਦਾ ਪ੍ਰਦਰਸ਼ਨ ਦੇ ਕਹਿੰਦੇ ਨਾਲੇ ਧਾਰੀਵਾਲ। ਅੱਜ ਕਹਿੰਦੇ ਵੀ ਮੌਸਮ ਦੀ ਜਿਹੜੀ ਭਵਿੱਖਬਾਣੀ ਝੂਠੀ ਸਾਬਤ ਹੋਈ, ਇਹਨਾਂ ਦਰਸ਼ਕ ਵੀਰਾਂ ਦੀਆਂ ਦੁਆਵਾਂ ਸੰਗਤਾਂ, ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਜੋਤੀਆਂ ਸੰਗਤਾਂ, ਵਧੀਆ ਮੌਸਮ ਰਿਹਾ ਕਬੱਡੀ ਦੇ ਲਈ। ਔਰ ਲੱਗਦਾ ਹੋਇਆ ਜੱਫਾ ਸਾਡੇ ਵਰਿੰਦਰ ਸਿੰਘ ਧਨੋਆ ਸਾਰੇ ਮੈਂਬਰਾਂ ਵੱਲੋਂ, ਭਾਈ ਇਕਬਾਲ ਸਿੰਘ ਗਿਆਲ ਕਾਲਕੋਆਲਿਆਂ ਦਾ ਜਿਹੜੇ ਕਮੈਂਟਰੀ ਕਰ ਰਹੇ ਆ, ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਜੋ ਕਿ ਬੜੇ ਹੀ ਜੋਸ਼ ਦੇ ਨਾਲ ਸਾਰੇ ਮੈਚ ਦਾ ਹਾਲ ਜਿਹੜਾ ਸਾਰੇ ਦਰਸ਼ਕਾਂ ਨੂੰ ਹੋਰ ਵੀ ਆਨੰਦਮਈ ਤਰੀਕੇ ਨਾਲ ਦਿਖਾ ਰਹੇ ਹਾਂ। ਸੰਦੀਪ ਦੀ ਪਈ ਹੋਈ ਕਬੱਡੀ ਦੇ ਗੋਪੀ ਫਿਰ ਕੋਸ਼ਿਸ਼ ਕਰਦਾ, ਦੇਵ ਗਿੱਲ ਹੁਣੀ ਆਖਦੇ ਵੀ ਗੋਪੀ ਰਹਾਂਗੇ, ਆਖਦੇ ਵੀ ਨਜ਼ਰ ਵਿਸ਼ੇਸ਼ ਤੌਰ 'ਤੇ ਦਿੱਤੇ ਜਾਣਗੇ। ਇੱਕ ਪਾਸੇ ਸੰਦੀਪ ਹੈ, ਇੱਕ ਪਾਸੇ ਜਵੀਰ ਸਿੰਘ ਗੋਪੀ। ਸਫਲਤਾ ਦੇਖਦੇ ਵੀ ਅੱਜ ਸਮੇਂ ਕਿਸ ਖਿਡਾਰੀ ਦੇ ਹਿੱਸੇ, ਸਫਲਤਾ ਦੇਖਦੇ ਵੀ ਜਿਹੜੀ ਗੋਪੀ ਦੇ ਹਿੱਸੇ ਸਫਲਤਾ। ਨੌਜਵਾਨ ਖਿਡਾਰੀ ਹਰਜੀਤ ਤਾਰੇ ਹੁਣੀ ਖੁਸ਼ ਨੇ ਵੀ ਅੱਜ ਇੱਕ ਤਾਂ ਦੀ ਕਬੱਡੀ ਦੇਖਣ ਨੂੰ ਮਿਲ ਰਹੀ ਹੈ। ਉਹ ਪਈ ਹੋਈ ਕਬੱਡੀ ਜਿੱਤ ਹਾਰ ਕਹਿੰਦੇ ਆਖਰੀ ਦੀਆਂ ਕਬੱਡੀਆਂ ਦੇ ਹੋਊ, ਅੱਜ ਸਮੇਂ ਹਲਕੀ ਜੀ ਸਾਡੀ ਜ਼ਰੂਰ ਖਿਡਾਰੀ ਦੇ ਲੱਗੀ, ਪਰ ਫਿਰ ਦੇਖਦੇ ਵੀ ਸਫਲਤਾ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਕਬੱਡੀ ਟ੍ਰੈਂਡ ਅਤੇ ਵੀਡੀਓ ਸ਼ੇਅਰ ਕਰੋ।